ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਭਰਤੀ ਦੀ ਡਿਟੇਲਸ ਲੈ ਕੇ ਆਇਆ ਜਿਦੇ ਵਿੱਚ ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਨੇ ਉਹ ਆਊਟ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਅਲੱਗ-ਅਲੱਗ ਐਲੀਜੀਬਿਲਿਟੀ ਵਾਲੇ ਕੈਂਡੀਡੇਟਸ ਲਈ ਆਈਆਂ ਹੋਈਆਂ ਨੇ ਇਹਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਹੋਣ ਜਾ ਰਹੇ ਨੇ ਚਾਹੇ ਤੁਸੀਂ 10ਵੀਂ ਪਾਸ ਹੋ 12ਵੀਂ ਪਾਸ ਹੋ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਲਾ ਅਲੱਗ ਅਤੇ ਡਿਗਰੀ ਬੀਟੈਕ ਡਿਪਲੋਮਾ ਵਾਲਿਆਂ ਲਈ ਵੀ ਪੋਸਟ ਨਟਰੀ ਨੇ ਆ ਡिटेल ਦੱਸਾਂਗਾ ਕਿਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਐਲੀਜੀਬਿਲਿਟੀ ਕੀ ਰਹੇਗੀ ਸੋ ਕਿਦਾਂ ਅਪਲਾਈ ਕਰਨਾ ਹੈ ਕਿੱਥੋਂ ਅਪਲਾਈ ਕਰੋਗੇ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਨਾਲ ਦੀ ਨਾਲ ਅਗਰ ਸਾਡੇ ਚੈਨਲ ਤੇ ਤੁਸੀਂ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਾਲ ਦੇ ਨਾਲ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸਿਰ ਪਹੁੰਚਦਾ ਰਹੇ ਔਰ ਇਸ ਤੋਂ ਇਲਾਵਾ ਹੋਰ ਕਈ ਨੋਟੀਫਿਕੇਸ਼ਨ ਜਿਹੜੇ ਨੇ ਰੀਸੈਂਟਲੀ ਰਿਲੀਜ਼ ਕਰ ਦਿੱਤੇ ਗਏ ਨੇ ਪੰਜਾਬ ਗਵਰਨਮੈਂਟ ਦੁਆਰਾ ਅਤੇ 올 ਇੰਡੀਆ ਕੈਂਡੀਡੇਟਸ ਲਈ ਉਹਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਜੋ ਕਿ www.cluri.com ਹੈ ਉਸ ਦੇ ਉੱਪਰ ਅਸੀਂ ਪੂਰੀ ਡਿਟੇਲਸ ਜਿਹੜੇ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ ਤੁਸੀਂ ਉਹਨਾਂ ਲਈ ਵੀ ਐਲੀਜੀਬਲ ਹੋ ਜਾ ਕੇ ਡਿਟੇਲ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਅਫੀਸ਼ੀਅਲ ਡਿਟੇਲ ਦੇ ਉੱਤੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਤੁਹਾਨੂੰ ਕੀ ਕਰਨਾ ਹੋਏਗਾ ਅਗਰ ਸਟੱਡੀ ਮਟੀਰੀਅਲ ਰਿਕੁਆਇਰਡ ਹੈ ਤੁਸੀਂ ਸਾਡੀ ਵੈਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਪਲੱਸ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਤੁਹਾਨੂੰ ਲਿੰਕ ਦੇ ਦਾਂਗਾ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਜੀ ਪੱਕੀ ਕਰ ਸਕਦੇ ਹੋ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਅਫੀਸ਼ੀਅਲ ਡਿਟੇਲ ਦੇ ਉੱਤੇ ਜਿਹੜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਜੀ ਪੋਸਟਾਂ ਆਊਟ ਕੀਤੀਆਂ ਨੇ ਸਭ ਤੋਂ ਪਹਿਲੀ ਪੋਸਟ ਜਿਹੜੀ ਆਊਟ ਕੀਤੀ ਗਈ ਹੈ ਜੀ ਉਹ ਹੈਗੀ ਸਟੇਸ਼ਨ ਫਾਇਰ ਆਫੀਸਰ ਦੀ ਗਰੁੱਪ B ਦੀ ਭਰਤੀ ਹੈ ਜਿਹਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਹੈ 10300 ਤੋਂ ਲੈ ਕੇ 34800 ਪਲੱਸ 4200 ਗ੍ਰੇਡ ਪੇ ਰਹੇਗੀ ਇਹ ਇੱਕ ਪੋਸਟ ਹੈ ਜਨਰਲ ਦੇ ਲਈ ਨੈਕਸਟ ਹੈਗੀ ਹੈ ਜੀ ਫਾਇਰਮੈਨ ਦੀ ਭਰਤੀ ਹੈ ਜਿਹੜੀ ਕਿ ਗਰੁੱਪ C ਦੀ ਹੈ ਜਿਹਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਰਹੇਗੀ 5910 ਤੋਂ ਲੈ ਕੇ 20200 ਪਲੱਸ 2400 ਤੁਹਾਨੂੰ ਗ੍ਰੇਡ ਪੇ ਵੀ ਦਿੱਤੀ ਜਾਏਗੀ ਟੋਟਲ ਨੰਬਰ ਆਫ ਵੈਕੈਂਸੀਜ਼ 81 ਨੇ ਜਿੱਚ ਉਹਨਾਂ ਨੂੰ ਕੈਟਾਗਰੀ ਵਾਈਜ਼ ਬਾਇਫਰਕੇਟ ਕੀਤਾ ਹੋਇਆ ਤੁਹਾਨੂੰ ਚੈੱਕ ਕਰ ਪਾ ਰਹੇ ਹੋ ਉਸ ਤੋਂ ਬਾਅਦ ਨੈਕਸਟ ਹੈ ਜੀ ਡਰਾਈਵਰ ਗਰੁੱਪ ਸੀ ਦੀ ਭਰਤੀ ਹੈ ਜਿਹਦੇ ਵਿੱਚ ਤੁਹਾਡੀ 5910 ਤੋਂ ਲੈ ਕੇ 20200 ਜਿਹੜੀ ਹੈ ਸੈਲਰੀ ਰਹੇਗੀ ਪਲੱਸ 2400 ਤੁਹਾਡਾ ਗ੍ਰੇਡ ਪੇ ਰਹੇਗਾ ਜੀ ਉਸ ਤੋਂ ਬਾਅਦ ਐਸਡੀਈ ਸਿਵਲ ਦੇ ਵਿੱਚ ਗਰੁੱਪ ਏ ਦੀ ਭਰਤੀ ਹੈ 15600 ਤੋਂ ਲੈ ਕੇ 39100 ਪਲੱਸ 5400 ਗ੍ਰੇਡ ਪੇ ਤੁਹਾਡੀ ਸੈਲਰੀ ਰਹਿਣ ਵਾਲੀ ਹੈ ਇਹਦੇ ਵਿੱਚ ਇੱਕ ਭਰਤੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਨੈਕਸਟ ਹੈਗੀ ਹੈ ਜੀ ਐਸਡੀਈ ਦੀ ਭਰਤੀ ਹੈ ਇਹਦੇ ਵਿੱਚ ਗਰੁੱਪ ਏ ਦੀ ਭਰਤੀ ਹੈ 15600 ਤੋਂ ਲੈ ਕੇ 39000 ਤੋਂ ਪਲੱਸ 5400 ਤੁਹਾਡਾ ਗ੍ਰੇਡ ਪੇ ਜਿਹੜਾ ਰਹੇਗਾ ਅੱਜ ਦੋ ਭਰਤੀਆਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਨੈਕਸਟ ਜੀ ਅਕਾਊਂਟ ਗਰੁੱਪ B ਦੀ ਭਰਤੀ ਹੈ ਇਹਦੇ ਵਿੱਚ ਜਿਹੜੀ ਅਕਾਊਂਟੈਂਟ ਸੋਰੀ ਅਕਾਊਂਟੈਂਟ ਦੀ ਗਰੁੱਪ B ਦੀ ਭਰਤੀ ਹੈ 10300 ਤੋਂ ਲੈ ਕੇ 34800 ਤੁਹਾਡੀ ਸੈਲਰੀ ਹੈ ਪਲੱਸ 4400 ਗ੍ਰੇਡ ਪੇ ਰਹੇਗਾ ਜੀ ਨੈਕਸਟ ਹੈ ਕਿ ਸਬ ਇੰਸਪੈਕਟਰ ਜਿਹੜੀ ਹੈ ਉਹਦੀ ਭਰਤੀ ਹੈ ਇਸ ਦੇ ਵਿੱਚ ਜਿਹੜੀਆਂ ਨੇ ਤੁਹਾਡੀ ਗਰੁੱਪ ਬੀ ਦੀਆਂ ਭਰਤੀਆਂ 10300 ਤੁਹਾਡੀ ਸੈਲਰੀ ਰਹੇਗੀ ਇਸ ਦੇ ਵਿੱਚ ਪਲੱਸ ਜੋ ਉਹਦੇ 34800 ਤੱਕ ਰਹੇਗੀ ਔਰ ਤੁਹਾਨੂੰ ਗ੍ਰੇਡ ਪੇ ਵੀ ਜਿਹੜਾ 4400 ਰੁਪਏ ਦਿੱਤਾ ਜਾਏਗਾ 6 ਪੋਸਟ ਆ ਟੋਟਲ ਜਿਹੜੀਆਂ ਨੇ ਜੀ ਉਹ ਆਊਟ ਕੀਤੀਆਂ ਗਈਆਂ ਨੇ ਨੈਕਸਟ ਹੈ ਜੀ ਉਸ ਤੋਂ ਬਾਅਦ ਜੂਨੀਅਰ ਇੰਜੀਨੀਅਰ ਸਿਵਲ ਦੀਆਂ ਭਰਤੀਆਂ ਨੇ ਇਸ ਦੇ ਵਿੱਚ ਟੋਟਲ ਚਾਰ ਭਰਤੀਆਂ ਆਊਟ ਕੀਤੀਆਂ ਗਈਆਂ ਨੇ ਸੈਲਰੀ ਦੀ ਅਗਰ ਅਸੀਂ ਗੱਲ ਕਰੀਏ ਤਾਂ 10300 ਤੋਂ ਲੈ ਕੇ 34800 ਪਲੱਸ 4800 ਤੁਹਾਨੂੰ ਜਿਹੜਾ ਗ੍ਰੇਡ ਪੇ ਦਿੱਤਾ ਜਾਏਗਾ ਜੀ ਨੈਕਸਟ ਹੈਗੇ ਜੀ ਜੂਨੀਅਰ ਇੰਜੀਨੀਅਰ ਹਾਰਟੀਕਲਚਰ ਇਸ ਦੇ ਵਿੱਚ ਗ भर्ती है और इस सैलरी जी वाली है दस हज़ार तीन सौ तो लैके चौंती अठ सौ प्लस अड़ताली सौ ग्रेड पे रहेगा जी इस दो भर्ती जो आउट कित गई नैक्सट है जूनियर इंजीनियर पब्लिक हैल्थ जिस ग्रुप बी की भर्ती है ਪੰਜ ਪੋਸਟ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ 10300 ਤੋਂ ਲੈ ਕੇ 34800 4800 ਤੁਹਾਡਾ ਗ੍ਰੇਡ ਪੇ ਜਿਹੜਾ ਜੀ ਉਹ ਰਹਿਣ ਵਾਲਾ ਹੈ ਜੀ ਨੈਕਸਟ ਹੈਗੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀਆਂ ਇਸ ਦੇ ਵਿੱਚ ਟੋਟਲ ਦੋ ਪੋਸਟ ਆਊਟ ਕੀਤੀਆਂ ਗਈਆਂ ਨੇ ਇਹਦੇ ਵਿੱਚ ਤੁਹਾਡੀ ਗਰੁੱਪ B ਦੀ ਭਰਤੀ ਹੈ 10300 34800 4800 ਗ੍ਰੇਡ ਪੇ ਤੁਹਾਡਾ ਜਿਹੜਾ ਜੀ ਉਹ ਦਿੱਤਾ ਜਾਏਗਾ ਨੈਕਸਟ ਹੈ ਡਰਾਫਟਮੈਨ ਦੀ ਭਰਤੀ ਗਰੁੱਪ B ਦੀ ਇਸ ਦੇ ਵਿੱਚ 10300 ਤੋਂ ਲੈ ਕੇ 34800 ਤੁਹਾਡੀ ਸੈਲਰੀ ਰਹੇਗੀ ਟੋਟਲ 6 ਪੋਸਟ ਜਿਹੜੀਆਂ ਨੇ ਜੀ ਉਹ ਆਊਟ ਕੀਤੀਆਂ ਗਈਆਂ ਯਾਨੀ ਇਸ ਦੇ ਵਿੱਚ ਤੁਹਾਨੂੰ 3800 ਰੁਪਏ ਗ੍ਰੇਡ ਪੇ ਵੀ ਦਿੱਤਾ ਜਾਏਗਾ ਨੈਕਸਟ ਅਸੀਂ ਗੱਲ ਕਰਦੇ ਹਾਂ ਕਲਰਕ ਦੀ ਭਰਤੀਆਂ ਦਾ ਜਿਸ ਦੇ ਵਿੱਚ ਗਰੁੱਪ ਸੀ ਦੀ ਭਰਤੀ ਹੈ 10300 ਤੋਂ ਲੈ ਕੇ 34800 ਪਲੱਸ 3200 ਗ੍ਰੇਡ ਪੇ ਰਹੇਗਾ ਇਸ ਦੇ ਵਿੱਚ ਤੁਹਾਡੀਆਂ 41 ਪੋਸਟਾਂ ਜਿਹੜੀਆਂ ਨੇ ਜੀ ਉਹ ਆਊਟ ਕੀਤੀਆਂ ਗਈਆਂ ਨੇ ਨੈਕਸਟ ਹੈਗੇ ਸਟੈਨੋ ਟਾਈਪਿਸਟ ਦੀ ਗਰੁੱਪ ਸੀ ਦੀ ਭਰਤੀ ਹੈ 10300 ਤੋਂ ਲੈ ਕੇ 78 ਸੌਰੀ 34800 ਤੱਕ ਸੈਲਰੀ ਰਹੇਗੀ ਪਲੱਸ 3200 ਤੁਹਾਡਾ ਗ੍ਰੇਡ ਪੇ ਰਹੇਗਾ ਜਿਸ ਵਿੱਚ ਪੰਜ ਪੋਸਟਾਂ ਟੋਟਲ ਆਊਟ ਕੀਤੀਆਂ ਗਈਆਂ ਨੇ ਡਾਟਾ ਐਂਟਰੀ ਆਪਰੇਟਰ ਦੀ ਗਰੁੱਪ ਸੀ ਦੀ ਪ੍ਰਤੀਯਾ ਜੀ 10300 ਤੋਂ ਲੈ ਕੇ 34800 ਪਲੱਸ 3200 ਗ੍ਰੇਡ ਤੇ ਦਿੱਤਾ ਜਾਏਗਾ ਦੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਪਟਵਾਰੀ ਗਰੁੱਪ ਸੀ ਦੀਆਂ ਪ੍ਰਤੀਯਾ ਨੇ ਜੀ 10300 ਪਲੱਸ 34800 ਰਹੇਗੀ ਪਲੱਸ 3200 ਗ੍ਰੇਡ ਤੇ ਤੁਹਾਨੂੰ ਜਿਹੜੀ ਦਿੱਤੀ ਜਾਏਗੀ ਹਾਰਟੀਕਲਚਰ ਸੁਪਰਵਾਈਜ਼ਰ ਦੀ ਤੋ ਜਿਹੜੇ ਟੋਟਲ ਦੋ ਪੋਸਟਾਂ ਨੇ ਇذੜੇ ਤੁਹਾਡੀ ਸੈਲਰੀ 5910 ਤੋਂ ਲੈ ਕੇ 20200 ਪਲੱਸ 2400 ਗ੍ਰੇਡ 'ਤੇ ਰਹੇਗਾ ਜੂਨੀਅਰ ਡਰਾਫਟਮੈਨ ਦੀ ਭਰਤੀ ਹੈ ਗਰੁੱਪ ਸੀ ਦੀ 10300 ਤੋਂ ਲੈ ਕੇ 34800 ਤੁਹਾਡੀ ਜਿਹੜੀ ਸੈਲਰੀ ਰਹੇਗੀ ਉਹ ਪਲੱਸ 3200 ਤੁਹਾਡਾ ਗ੍ਰੇਡ 'ਤੇ ਰਹੇਗਾ ਜੀ ਕੰਪਿਊਟਰ ਕੰਪਿਊਟਰ ਪ੍ਰੋਗਰਾਮਿੰਗ ਦੀ ਗਰੁੱਪ ਬੀ ਦੀ ਭਰਤੀ ਹੈ 10300 ਤੋਂ ਲੈ ਕੇ 34800 ਪਲੱਸ 4200 ਤੁਹਾਡੇ ਗ੍ਰੇਡ 'ਤੇ ਰਹੇਗੀ ਇੱਕ ਪੋਸਟ ਆਊਟ ਕੀਤੀ ਗਈ ਹੈ ਜੀ ਲਾਅ ਅਫਸਰ ਦੀ ਗਰੁੱਪ ਬੀ ਦੀ ਭਰਤੀ ਹੈ 10300 ਤੋਂ ਲੈ ਕੇ 34800 ਤੁਹਾਡੀ ਸੈਲਰੀ ਰਹੇਗੀ ਔਰ 4200 ਗ੍ਰੇਡ ਤੇ ਦਿੱਤਾ ਜਾਏਗਾ ਇੱਕ ਪੋਸਟ ਹੈ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ 172 ਪੋਸਟਾਂ ਨੇ ਇਹਨਾਂ ਨੂੰ ਜਿਹੜੇ ਕੈਟਾਗਰੀ ਵਾਈਜ਼ ਬਾਇਫਰਕੇਟ ਕੀਤਾ ਗਿਆ ਹੈ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਜਿਹੜੇ ਕਿ ਰਿਜ਼ਰਵੇਸ਼ਨ ਕੋਟੇ ਦੇ ਅੰਦਰ ਆਂਦੀਆਂ ਨੇ ਇਹਦੇ ਵਿੱਚ ਤੁਹਾਨੂੰ ਦੱਸ ਦਿੰਨਾ ਜੀ ਏਜीडी ਭਰਤੀ ਆਊਟ ਕੀਤੀ ਗਈ ਹੈ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਵੱਲੋਂ ਕੀਤੀ ਗਈ ਹੈ ਇਹ ਰੈਗੂਲਰ ਬੇਸਿਸ ਤੇ ਭਰਤੀ ਹੈ ਯਾਨੀ ਇਹਦੇ ਵਿੱਚ ਜਿਹੜੀ ਏਡਾ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਅੰਦਰ ਵੇਰੀਅਸ ਜਿਹੜੇ ਭਰਤੀਆਂ ਨੇ ਉਹਨਾਂ ਜਿਹੜਾ ਆਨਲਾਈਨ ਜਿਹੜੇ ਕੈਂਡੀਡੇਟ ਨੇ ਜਿਹੜੇ एलिਜੀਬਲ ਨੇ ਉਹ ਅਪਲਾਈ ਕਰਨਾ ਹੈ ਔਰ ਉਸ ਦੇ ਵਿੱਚ ਜਿਹੜੀਆਂ ਨੇ ਤੁਹਾਡੇ ਰੈਗੂਲਰ ਜਿਹੜੀਆਂ ਨੇ ਰੈਗੂਲਰ ਹੋਣਗੀਆਂ ਪਹਿਲੋ ਜਿਹੜੀ ਟੈਂਪਰੇਰੀ ਤੋਂ ਸ਼ੁਰੂ ਹੁੰਦੀਆਂ ਨੇ ਉਸ ਤੋਂ ਬਾਅਦ ਜਿਹੜੀਆਂ ਨੇ ਰੈਗੂਲਾਈਜ਼ ਕਰ ਦਿੱਤੀਆਂ ਜਾਣਗੀਆਂ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਵੱਲੋਂ ਕੀਤੀਆਂ ਜਾਣਗੀਆਂ ਜੋ ਕਿ ਚੰਡੀਗੜ੍ਹ ਦੇ ਵੱਲੋਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਜ਼ਿਆਦਾ ਡਿਟੇਲ ਦੇ ਲਈ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਜੀ ਇਹਨਾਂ ਦੀ ਏਜ ਐਕਸਪੀਰੀਅੰਸ ਨੈਸ਼ਨੈਲਿਟੀ ਐਪਲੀਕੈਂਟਸ ਦੀ ਡਿਡਿ ਕੈਟਾਗਰੀ ਵਾਈਜ਼ ਵੈਕੈਂਸੀਜ਼ ਹੁੰਦੀਆਂ ਨੇ ਸਿਲੈਕਸ਼ਨ ਤੇ ਰਿਟਨ ਐਗਜ਼ਾਮੀਨੇਸ਼ਨ ਤੇ ਐਪਲੀਕੇਸ਼ਨ ਫੀ ਜਾਂ ਕਿਦਾਂ ਅਪਲਾਈ ਕਰਨਾ ਹੈ ਉਹਦੇ ਲਈ ਤੁਸੀਂ ਕਰਨਾ ਸਾਰੇ ਟਰਮਸ ਐਂਡ ਕੰਡੀਸ਼ਨ ਨੂੰ ਚੈੱਕ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਜਿਹੜੀ ਕਿ ਹੈਗੀ ਹੈ www.mcchंडीगढ़.gov.in ਦੇ ਉੱਪਰ ਜਾਣਾ ਹੈ ਜੀ ਉਹਦੇ ਉੱਪਰ ਲਿੰਕ ਜਿਹੜਾ ਤੁਹਾਨੂੰ ਮੈਂ ਦੇ ਦਾਂਗਾ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਜੋ ਕਿ 8/4/2021 ਤੋਂ ਸਟਾਰਟ ਹੋ ਜਾਏਗਾ ਅਪਲਾਈ ਕਰਨਾ ਜਿਹੜੇ ਵੀ ਐਲੀਜੀਬਲ ਕੈਂਡੀਡੇਟ ਹੈਗੇ ਨੇ ਉਹਨਾਂ ਨੂੰ ਆਨਲਾਈਨ ਐਪਲੀਕੇਸ਼ਨ ਜਿਹੜੀ ਸਬਮਿਟ ਕਰਨੀ ਪਏਗੀ ਨਾਲ ਫੀ ਜਿਹੜੀ ਹੈ ਉਹ ਵੀ ਸਬਮਿਟ ਕਰਨੀ ਪਏਗੀ ਲਾਸਟ ਡੇਟ ਜਿਹੜੀ ਹੈਗੀ ਹੈ ਜੀ 3/5/2021 ਹੈਗੀ ਹੈ ਔਰ ਫੀ ਸਬਮਿਟ ਕਰਨ ਦੀ 5 5 2021 ਜਿਹੜੀ ਹੈ ਲਾਸਟ ਫੀ ਹੈਗੀ ਹੈ ਜੀ ਔਰ ਉਸ ਤੋਂ ਬਾਅਦ ਜਿਹੜਾ ਕੋਈ ਵੀ ਕੋਈ ਵੀ ਹੋਰ ਮੋਡ ਦੇ थ्रू ਅਗਰ ਤੁਸੀਂ ਅਪਲਾਈ ਕਰਦੇ ਹੋ ਉਹ ਅਨਟਰਟੇਨ ਨਹੀਂ ਕੀਤਾ ਜਾਏਗਾ ਨੰਬਰ ਆਫ ਪੋਸਟ ਜਿਹੜੀਆਂ ਨੇ ਮੈਂਸ਼ਨ ਨੇ ਉਹ ਘਟਾਈਆਂ ਜਾਂ ਵਧਾਈਆਂ ਜਾ ਸਕਦੀਆਂ ਨੇ ਜੀ ਜਿਹੜੇ ਸਾਰੇ ਰਾਈਟਸ ਜਿਹੜੇ ਹੋਣਗੇ ਦਾ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਕੋਲ ਹੋਣਗੇ ਉਹ ਕਿਸੇ ਵੀ ਜਿਹੜੇ ਨੇ ਸਟੇਜ ਦੇ ਉੱਪਰ ਜਿਹੜੀ ਨੇ ਕੰਡੀਸ਼ਨਸ ਨੂੰ ਚੇਂਜ ਕਰ ਸਕਦੇ ਨੇ ਉਸ ਤੋਂ ਬਾਅਦ ਜਿਹੜੀਆਂ ਨੇ ਇਹ ਪੋਸਟਾਂ ਰੈਗੂਲਰ ਬੇਸਿਸ ਤੇ ਹੋਣਗੀਆਂ ਮਤਲਬ ਪਹਿਲਾਂ ਟੈਂਪੋਰੀ ਹਾਇਰਿੰ ਨੂੰ ਰੈਗੂਲਰ ਕਰ ਦਿੱਤਾ ਜਾਏਗਾ ਸੋ ਇਹ ਕਾਫੀ ਸਾ ਵਧੀਆ ਮੌਕਾ ਜਿਹੜਾ ਉਹ ਜੀ ਆ ਚੁੱਕਾ ਹੈ ਪੰਜਾਬ ਦੇ ਕੈਂਡੀਡੇਟਸ ਦੇ ਲਈ ਸੋ ਜਲਦੀ ਨਾਲ ਜਾਓ ਅਗਰ ਤੁਸੀਂ ਐਲੀਜੀਬਲ ਹੋ ਤਾਂ ਜਰੂਰ ਨਾਲ ਅਪਲਾਈ ਕਰ ਲਓ ਉਹਦੇ ਫੁੱਲ ਨੋਟੀਫਿਕੇਸ਼ਨ ਚੈੱਕ ਕਰਨ ਤੇ ਲਈ ਇਹਨਾਂ ਦੀ ਵੈਬਸਾਈਟ ਤੇ ਚਲੇ ਜਾਓ ਉੱਥੋਂ ਜਾ ਕੇ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਏਗੀ ਜਾਂ ਕੋਈ ਚੀਜ਼ ਪਤਾ ਨਹੀਂ ਲੱਗੇਗੀ ਤੁਸੀਂ ਸਾਨੂੰ ਜਰੂਰ ਦੱਸਣਾ ਅਸੀਂ ਤੁਹਾਨੂੰ ਕਮੈਂਟ ਕਰਕੇ ਦੱਸਾਂਗੇ ਔਰ ਸਾਡੇ niche ਦਿੱਤੇ ਗਏ ਤੁਸੀਂ ਲਿੰਕ ਦੇ ਉੱਪਰ ਕਲਿੱਕ ਕਰਕੇ ਸਾਡੀ ਵੈਬਸਾਈਟ ਤੇ ਜਾਓ ਉੱਥੇ ਵੀ ਜਾ ਕੇ ਤੁਸੀਂ ਜਿਹੜਾ ਚੈੱਕ ਕਰਕੇ ਨਵੇਂ-ਨਵੇਂ ਪੋਸਟਾਂ ਜਿਹੜੀਆਂ ਵੈਬਸਾਈਟ ਦਾ ਲਿੰਕ ਤੁਹਾਨੂੰ ਮੈਂ ਦੇ ਦਾਂਗਾ ਔਰ chlori.com ਜਿਹੜਾ ਸਾਡੀ ਵੈਬਸਾਈਟ ਦਾ ਨਾਮ ਹੈ ਜਲਦੀ ਜਾ ਕੇ ਚੈੱਕ ਕਰਕੇ ਸਬਸਕ੍ਰਾਈਬ ਕਰ ਲਵੋ ਜੀ ਹੁਣ ਮੈਂ ਤੁਹਾਨੂੰ ਮਿਲਾਂਗਾ ਜੀ ਨਵੀਂ ਭਰਤੀ ਦੇ ਨਾਲ ਨਵੀਂ ਇਨਫੋਰਮੇਸ਼ਨ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ